ਗੁਰੂ ਸਾਹਿਬ ਦੇ ਸਾਹਮਣੇ ਉਸ ਵੇਲੇ ਦੀ ਧਰਮ ਦੇ ਪੱਖ ਤੋਂ ਜਿਹੜਾ ਕਿ ਪੂਜਾ ਵਿਧੀਆਂ ਤੇ ਰੌ ਰੀਤਾਂ ਤੇ ਟ੍ਰੈਡੀਸ਼ਨਲ ਤਰੀਕਿਆਂ ਵਿੱਚ ਗਵਾ ਚੁੱਕੀ ਸੀ ਬੜੀ ਉਹਨਾਂ ਦੇ ਸਾਹਮਣੇ ਇੱਕ ਚੈਲੈਂਜਿੰਗ ਤਸਵੀਰ ਸੀ ਚੁਣੌਤੀਪ੍ਰਿਤ ਤਸਵੀਰ ਸੀ ਗੁਰੂ ਨਾਨਕ ਸਾਹਿਬ ਨੇ ਆਸ਼ਾਦੀ ਵਾਰ ਵਿੱਚ ਬੜੇ ਖੂਬਸੂਰਤ ਸ਼ਬਦਾਂ ਵਿੱਚ ਇਹਨਾਂ ਰੌ ਰੀਤਾਂ ਦਾ ਖੰਡਨ ਕਰ ਕੀਤਾ ਉਹਨਾਂ ਨੇ ਦੇਖਿਆ ਕਿ ਪੰਡਿਤ ਲੋਕ ਬ੍ਰਾਹਮਣ ਲੋਕ ਪਵਿੱਤਰਤਾ ਦੇ ਨਾਂ ਉੱਤੇ ਲੋਕਾਂ ਨੂੰ ਬੜੇ ਭਲੇਖਿਆਂ 'ਚ ਪਾਉਂਦੇ ਆ। ਲੇਕਿਨ ਉਹਨਾਂ ਦੇ ਅੰਦਰ ਝੂਠ ਵਸਿਆ ਹੋਇਆ, ਕੂੜ ਉਹਨਾਂ ਦੇ ਅੰਦਰ ਵਸਿਆ ਹੋਇਆ, ਸੱਚ ਕਿਤੇ ਦੂਰ ਨੱਸ ਗਿਆ, ਉਹਨਾਂ ਦੀਆਂ ਕਰਤੂਤਾਂ ਤੋਂ ਡਰਦਾ ਹੋਇਆ। ਇਹ ਜਿਹੜਾ ਦੋਗਲਾਪਨ ਸੀ, ਜਿਹੜੀ ਹਿਪੋਕ੍ਰੇਸੀ ਸੀ, ਜੋ 파ਖੰਡ ਸੀ, ਗੁਰੂ ਸਾਹਿਬ ਨੇ ਛੋੜੀਲੇ ਪਾਖੰਡਾ ਵਾਲੀ ਗੱਲ ਜਿਹੜੀ ਖੂਬਸੂਰਤ ਤਰੀਕੇ ਨਾਲ ਕਹੀ ਔਰ ਜਿਹੜੀਆਂ ਸਧਾਰਨ ਰਸਮਾਂ ਕਰਦੇ ਸੀ ਕਿ ਚੌਂਕਾ ਪਵਿੱਤਰ ਕਰਨਾ ਕਿਸੇ ਦਾ ਜਿਸ਼ੂਦਰ ਦਾ ਹੱਥ ਲੱਗ ਜੇ ਰੋਟੀ ਨਹੀਂ ਖਾਣੀ ਇਹ ਸਾਰੀਆਂ ਗੱਲਾਂ ਦੇ ਉੱਤੇ ਗੁਰੂ ਸਾਹਿਬ ਨੇ ਈਡੀ ਸਟਰੋਂਗ ਇਨੀ ਸ਼ਕਤੀਸ਼ਾਲੀ ਤਨਜ਼ ਕੀਤੀ ਔਰ ਸਿੱਖ ਜਗਤ ਜਿਹੜਾ ਹੈ ਉਸ ਨੂੰ ਜੇ ਫਾਲੋ ਕਰੇ ਤੇ ਉਹ ਮਹਿਸੂਸ ਕਰ ਸਕਦਾ ਕਿ ਇਸ ਤੇ ਬਨੌਟੀ ਇਸ ਤਰ੍ਹਾਂ ਦੇ ਧਰਮ ਦੇ ਜਿਹੜੇ ਪ੍ਰਚਾਰ ਨੇ ਉਹਨਾਂ ਨੂੰ ਰੱਦ ਕਰਨ ਦਾ ਸਾਡੇ ਕੋਲੇ ਬੇਸ ਹੈ ਸਿੱਖ ਚੰਤਨ ਵਿੱਚ ਸਾਡਾ ਗੁਰੂ ਕੁਝ ਕਹਿੰਦਾ ਅਸੀਂ ਕੁਝ ਹੋਰ ਕਹੀਏ ਗੱਲ ਬਣਦੀ ਨਹੀਂ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਕੁਝ ਚੈਨਲਾਂ ਤੇ ਵੀ ਵੇਖਦੇ ਆ ਕਿਵੇਂ ਜੋਤਿਸ਼ੀਆਂ ਦੇ ਪ੍ਰਚਾਰ ਹੋ ਰਹੇ ਆ ਕਿਵੇਂ ਭਵਿੱਖ ਦੱਸਣ ਵਾਲਿਆਂ ਦੇ ਪ੍ਰਚਾਰ ਹੋ ਰਹੇ ਆ ਕਿਵੇਂ ਜਾਦੂ ਟੂਣੇ ਵਾਲਿਆਂ ਦੇ ਪ੍ਰਚਾਰ ਹੋ ਰਹੇ ਆ ਕਿਵੇਂ ਇਹ ਹੋ ਰਿਹਾ ਕਿ ਸਾਰੀਆਂ ਸਮੱਸਿਆਵਾਂ ਅਸੀਂ ਤੁਹਾਡੀਆਂ ਹੱਲ ਕਰ ਦਾਂਗੇ ਇਹ ਧਾਰਮਿਕ ਲੋਕ ਨਹੀਂ ਗਏ ਤਾਂ ਵਪਾਰੀ ਨੇ ਧਰਮ ਦੇ ਨਾਂ ਤੇ ਵਪਾਰ ਜੋਤਿਸ਼ ਦੇ ਨਾਂ ਤੇ ਉਹਪਾਰ ਗਿਆਨ ਦੇ ਨਾਂ ਤੇ ਵਪਾਰ ਇਹ ਜਿਹੜਾ ਤਰੀਕਾ ਹੈ ਇਸ ਨੂੰ ਗੁਰੂ ਸਾਹਿਬ ਨੇ ਰੱਦ ਕੀਤਾ ਹੈ ਔਰ ਜਿਹੜਾ ਪਵਿੱਤਰ ਬਣਨ ਦੀ ਇੱਕ ਬਹੁਤ ਵੱਡੀ ਹੋੜ ਲੱਗੀ ਹੋਈ ਸੀ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਦੇ ਵਿੱਚ ਉਹਨਾਂ ਨੂੰ ਗੁਰੂ ਸਾਹਿਬਾਨ ਨੇ ਪੂਰੀ ਤਰ੍ਹਾਂ ਰੱਦ ਕੀਤਾ ਉਹਨਾਂ ਤੇ ਵਿਅੰਗ ਕੀਤਾ ਉਹਨਾਂ ਤੇ ਬੜਾ ਸਟਰੋਂਗ ਸਟਾਰ ਕੀਤਾ ਔਰ ਉਹਨਾਂ ਨੇ ਮਨੁੱਖ ਨੂੰ ਸਿੱਧੇ ਰਾਸਤੇ ਪੈਣ ਲਈ ਬੜੀ ਵੱਡੀ ਪ੍ਰੇਰਣਾ ਦਿੱਤੀ ਗੁਰੂ ਸਾਹਿਬ ਲਿਖਦੇ ਨੇ ਕਿ ਦੇਖ ਕੇ ਚੌਕਾ ਕੱਢੀਕਾਰ ਚੌਕਾ ਜਿੱਥੇ ਬੈਠ ਕੇ ਖਾਣਾ ਹੁੰਦਾ ਹੈ ਦੇ ਕੇ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪਿਟੇ ਵੇ ਮੱਤ ਪਿਟੇ ਇਹ ਅਨ ਸਾਡਾ ਫਿਟੇ ਤਨ ਫਿਟੇ ਫੇੜ ਕਰੇਨ ਮਨ ਝੂਠੇ ਚੁਲੀ ਭਰੇਨ ਕੋ ਨਾਨਕ ਸੱਚ ਤੇ ਆਈਏ ਸੱਚ ਹੋਵੇ ਤਾਂ ਸੱਚ ਪਾਈਏ ਗੁਰੂ ਸਾਹਿਬ ਨੇ ਕਹਿਆ ਝੂਠੇ ਚੌਕੇ ਨਾਨਕਾਂ ਸੱਚਾ ਇੱਕੋ ਹੋਏ ਇਹ ਜਿਹੜੇ ਚੌਂਕੇ ਬਣਾਉਨੇ ਤਾਂ ਝੂਠੇ ਆ ਉਹਦੀ ਧਰਤੀ ਐ ਸਾਰੀ ਉਹਦੀ ਜ਼ਮੀਨ ਐ ਸਾਰੀ ਹਾਈਜਨ ਤਾਂ ਚਾਹੀਦੀ ਐ ਸਫਾਈ ਤਾਂ ਚਾਹੀਦੀ ਐ ਲੇਕਿਨ ਜੇ ਗੋਬਰ ਦਾ ਚੌਂਕਾ ਦਿੰਨੇ ਆ ਗੋਹੇ ਦਾ ਚੌਂਕਾ ਦਿੰਨੇ ਆ ਗੋਹੇ ਨਾਲ ਉਹਨੂੰ ਸਵਾਰਦੇ ਆ ਤਾਂ ਸਫਾਈ ਕਿਵੇਂ ਹੋएगी ਪਵਿੱਤਰਤਾ ਕਿਵੇਂ ਹੋएगी ਤੋਂ ਦੇ ਬਾਰੇ ਚ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਕੋਹ ਪੰਡਤ ਸੂਚਾ ਕਵਨ ਥਾਓ ਸਵਾਲ ਪੁੱਛਦੇ ਆ ਕੋਹ ਪੰਡਤ ਸੂਚਾ ਕਵਨ ਥਾਓ ਜਹਾਂ ਬੈਸ ਤੋ ਭੋਜਨ ਖਾਓ ਗੋਬਰ ਗੋਬਰ ਸੂਚਾ ਚੌਂਕਾ ਝੂਠਾ ਝੂਠੀ ਦਿਨਕਾਰ ਕਹਿ ਕਬੀਰ ਤੇਈ ਦਰ ਸੂਚੇ ਸਾਚੀ ਭਈ ਵਿਚਾਰ ਜਦੋਂ ਇਹ ਗੱਲ ਕਹਿੰਦੇ ਨੇ ਕਿ ਗੋਬਰ ਝੂਠਾ ਚੌਕਾ ਝੂਠਾ ਝੂਠੀ ਦਿਨੀਕਾਰ ਕਾਰਾ ਕਹ ਕਬੀਰ ਤੇਈ ਕਰ ਸੂਚੇ ਤੇਈ ਨਰ ਸੂਚੇ ਸਾਜੀ ਪਰਿ ਵਿਚਾਰਾ ਤਾਂ ਉਹ ਰਸਤਾ ਵੀ ਦਿਖਾ ਰਹੇ ਨੇ ਮੇਰਾ ਖੰਡਨ ਨਹੀਂ ਕਰਦੇ ਉਹ ਇਹ ਵੀ ਦੱਸਦੇ ਆ ਕਿ ਵਿਚਾਰ ਜਿਹੜੇ ਨੇ ਉਹ ਠੀਕ ਹੋਣੇ ਚਾਹੀਦੇ ਆ ਗੋਬਰ ਨਾਲ ਪਵਿੱਤਰ ਕੀਤੀ ਹੋਈ ਧਰਤੀ ਚੌਂਕਾ ਕਿਵੇਂ ਪਵਿੱਤਰ ਹੋ ਸਕਦਾ ਹੈ ਜੇ ਪਵਿੱਤਰ ਹੋ ਵੀ ਜਾਵੇ ਜੇ ਉੱਪਰ ਬੈਠਣ ਵਾਲੇ ਵਿੱਚ ਕੂੜਾ ਹੈ ਝੂਠ ਹੈ ਉਹਦੇ ਅੰਦਰ ਪਾਖੰਡ ਹੈ ਉਹਦੇ ਅੰਦਰ ਦੁਰਾਚਾਰ ਹੈ ਉਹਦੇ ਅੰਦਰ ਸਦਾਚਾਰ ਦੀ ਕੋਈ ਥਾਂ ਨਹੀਂ ਉਹਦੇ ਅੰਦਰ ਮਨੁੱਖ ਦੇ ਭਲੇ ਦੀ ਉਪਕਾਰ ਦੀ ਸੇਵਾ ਦੀ ਕੋਈ ਭਾਵਨਾ ਨਹੀਂ ਆਪਣੇ ਢਿੱਡ ਦੀ ਸੀ ਮੈਂ ਤਾਂ ਫਿਰ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ। ਤੋਂ ਗੁਰੂ ਸਾਹਿਬ ਨੇ ਇਹ ਗੱਲਾਂ ਜਿਹੜੀਆਂ ਨੇ ਇਸ ਕਰਕੇ ਸਾਨੂੰ ਦੱਸੀਆਂ ਕਿ ਅਸੀਂ ਜਿਹੜਾ ਪਖੰਡ ਦਾ ਸ਼ਿਕਾਰ ਹੋ ਰਹੇ ਆ ਉਹਦੇ ਸ਼ਿਕਾਰ ਨਾ ਹੋਈਏ। ਔਰ ਸਾਡੇ ਲਈ ਜਿਹੜੀਆਂ ਮਾੜੀਆਂ ਕਦਰਾਂ ਕੀਮਤਾਂ ਨੇ ਮਾੜੇ ਲੱਛਣ ਨੇ ਉਹੀ ਅਸਲ ਵਿੱਚ ਸਾਨੂੰ ਬਣਾ ਸਕਦੇ ਨੇ ਝੂਠੇ ਜਾਂ ਬੇਕਾਰੀ ਤੋਂ ਉਹਦੇ ਬਾਰੇ ਗੁਰਬਾਬੇ ਕੀ ਕਹਿੰਦੇ ਨੇ ਬੜਾ ਸਪਸ਼ਟ ਸ਼ਬਦ ਵਿੱਚ ਸ਼ਬਦਾਂ ਵਿੱਚ ਕਿਹਾ ਉਹਨੇ ਉਹਨਾਂ ਨੇ ਕਿ ਕਬੁੱਧ ਡੂਮਣੀ ਕੁਦਇਆ ਕਸਾਉਣ ਕਬੁੱਧ ਡੂਮਣੀ ਕੁਦਇਆ ਕਸਾਉਣ ਜੇ ਦਇਆ ਨਹੀਂ ਕਰਦੇ ਕਿਸੇ ਤੇ ਜੇ ਬੁੱਧੀ ਨਹੀਂ ਵਰਤਦੇ ਸਿਆਣਪ ਨਹੀਂ ਵਰਤੇ ਤਾਂ ਇਹ ਦਾਇਣਾ ਵਰਗਾ ਜਾਂ ਕਸਾਇਣ ਕਸਾਈਆਂ ਵਰਗਾ ਰੂਪ ਧਾਰਨ ਕਰ ਜਾਂਦੀਆਂ ਨੇ ਪਰ ਨਿੰਦਾ ਘੱਟ ਝੂੜੀ ਮੁਠੀ ਕਰੋਧ ਚ ਨਾਲ ਕਰੋਧ ਚੰਡਾਲ ਦਾ ਰੂਪ ਧਾਰਨ ਕਰ ਜਾਂਦਾ ਕਾਰੀ ਕੱਢੀ ਕਿਆ ਜਾਂ ਚਾਰੇ ਬੈਠੀਆਂ ਨਾਲ ਜੇ ਚਾਰ ਔਗਣ ਨਾਲ ਬੈਠੇ ਨੇ ਤਾਂ ਕਾਰ ਕੱਢਣ ਦਾ ਕੋਈ ਲਾਹਾ ਨਹੀਂ ਕੋਈ ਲਾਈਨ ਖਿੱਚ ਕੇ ਪਵਿੱਤਰ ਨਹੀਂ ਹੋ ਸਕਦਾ ਕੋਈ ਬੈਰੀਕੇਡ ਨਹੀਂ ਲਾ ਸਕਦਾ ਪਵਿੱਤਰ ਲਾਈਨ ਕਿਹਦੇ ਲਈ ਖਿੱਚਣੀ ਚਾਹੀਦੀ ਆ ਮਾੜੀਆਂ ਸੋਚਾਂ ਲਈ ਮਾੜੀਆਂ ਕਰਤੂਤਾਂ ਲਈ ਉਹਨਾਂ ਨੂੰ ਅੰਦਰ ਪ੍ਰਵੇਸ਼ ਕਰਨ ਤੋਂ ਰੋਕਣ ਦੀ ਜ਼ਰੂਰਤ ਹੈ ਉਹਨਾਂ ਨੂੰ ਜੇ ਅੰਦਰੋਂ ਕਬੂਦਰ ਨੂੰ ਨਹੀਂ ਰੋਕ ਸਕਦੇ ਕੁਦਿਆ ਨੂੰ ਨਹੀਂ ਰੋਕ ਸਕਦੇ ਨਿੰਦਾਂ ਨੂੰ ਨਹੀਂ ਰੋਕ ਸਕਦੇ ਤੇ ਕ੍ਰੋਧ ਨੂੰ ਨਹੀਂ ਰੋਕ ਸਕਦੇ ਤਾਂ ਕੁਦਰਤੀ ਤੌਰ ਤੇ ਅਸੀਂ ਜਿਹੜੀਆਂ ਕਾਰਾਂ ਕੱਢ ਲਾਂਗੇ ਰਸ਼ਮੀ ਕੋਈ ਲਾਈਨਾਂ ਖਿੱਚ ਲਾਂਗੇ ਕਿ ਇਸ ਲਾਈਨ ਦੇ ਅੰਦਰ ਅਸੀਂ ਬੜੇ ਪਵਿੱਤਰ ਹੋ ਜਾਾਂਗੇ ਉਹ ਗੱਲ ਬਣ ਨਹੀਂ ਸਕਦੀ ਨਿੰਦਿਆ ਨੂੰ ਰੋਕਣ ਦੇ ਸੰਬੰਧ ਵਿੱਚ ਦੂਜਿਆਂ ਬਾਰੇ ਗਲਤ ਸੋਚਣ ਦੇ ਸੰਬੰਧ ਵਿੱਚ ਬਾਬਾ ਫਰੀਦ ਦੇ ਬਚਨ ਬੜੇ ਖੂਬਸੂਰਤ ਨੇ ਇਹ ਜਿਹੜਾ ਧਰਮ ਦਾ ਪਖੰਡ ਸੀ ਇਹਨਾਂ ਦੇ ਵਿੱਚ ਜਿਹੜੇ ਇਦਾਂ ਦੇ ਪਖੰਡ ਆਏ ਹੋਏ ਸੀ ਇਹਨਾਂ ਕਰਕੇ ਹੀ ਤਾਂ ਬਾਬਾ ਫਰੀਦ ਵਰਗਿਆਂ ਨੇ ਕਿਹਾ ਹੈ ਕਿ ਦੂਜਿਆਂ ਦੀ ਨਿੰਦਿਆ ਕਰਨਾ ਜਿਹੜਾ ਕੋਈ ਧਰਮ ਨਹੀਂ ਹੈ। ਤੋ ਉਹ ਨਿੰਦਿਆ ਕਰਨ ਦੇ ਸੰਬੰਧ ਵਿੱਚ ਉਹ ਕੀ ਕਹਿੰਦੇ ਨੇ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪ ਨ ਦੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਇਹ ਇਸ ਤਰ੍ਹਾਂ ਦੇ ਜਿਹੜੇ ਬਚਨ ਨੇ ਉਹ ਸਾਨੂੰ ਸਿੱਧੇ ਰਾਹ ਪਾ ਸਕਦੇ ਨੇ ਔਰ ਇਹ ਬਚਨ ਸਿੱਖ ਚਿੰਤਨ ਦਾ ਹਿੱਸਾ ਨੇ ਸਿੱਖ ਚਿੰਤਨ ਨਾਲ ਜੁੜੇ ਹੋਏ ਨੇ ਜਦੋਂ ਫਰੀਦ ਜੀ ਨਿਮਰਤਾ ਦੀ ਗੱਲ ਕਰਦੇ ਨੇ ਪ੍ਰੇਮ ਦੀ ਗੱਲ ਕਰਦੇ ਨੇ ਜਦੋਂ ਉਹ ਫੋਕੀ ਹਉਮੈ ਨੂੰ ਛੁਟਕਾਰਾ ਪਾਉਣਾ ਕਹਿੰਦੇ ਨੇ ਤਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਨੇ ਕਿ ਇਹ ਜਿਹੜਾ ਬ੍ਰਾਹਮਣਵਾਦੀ ਜੁਗਤਾਂ ਸੀ ਇਹਨਾਂ ਵਿੱਚ ਤਾਂ ਬੜਾ ਹੰਕਾਰ ਸੀ ਭਰਿਆ ਹੋਇਆ ਲੇਕਿਨ ਬਾਬਾ ਫਰੀਦ ਕੀ ਕਹਿੰਦੇ ਨੇ ਕਿ ਮੈਂ ਪੋਲਾਵਾ ਫਰੀਦਾ ਮੈਂ ਪੋਲਾਵਾ ਪੱਗ ਦਾ ਫਰੀਦਾ ਮੈਂ ਪੋਲਾਵਾ ਪੱਗ ਦਾ ਮਤ ਬੇੜੀ ਹੋ ਜਾਏ ਗਹਿਲਾ ਰੂ ਨਾ ਜਾਣੇ ਸਿਰ ਵੀ ਮਿੱਟੀ ਖਾਏ ਇਹ ਜਿਹੜਾ ਇੰਨਾ ਸਪਸ਼ਟ ਸਨੇਹਾ ਸਿੱਖ ਚਿੰਤਨ ਦਾ ਗੁਰਮੁਖ ਦੇ ਚਿੰਤਨ ਦਾ ਗੁਰੂ ਗ੍ਰੰਥ ਸਾਹਿਬ ਦਾ ਸਨੇਹਾ ਹੈ ਉਸ ਨੂੰ ਅਸੀਂ ਜਦੋਂ ਨਾਲ ਲੈ ਕੇ ਤੁਰਦੇ ਆ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਵੱਧਦਾ ਲੇਕਿਨ ਜੇ ਨਾਲ ਨਹੀਂ ਲੈ ਕੇ ਤੁਰਦੇ ਤਾਂ ਫਿਰ ਅਸੀਂ ਵੀ ਉਸੇ ਤਰ੍ਹਾਂ ਦਾ ਪਖੰਡ ਕਰ ਰਹੇ ਹੁੰਨੇ ਆ ਜਿਸ ਤਰ੍ਹਾਂ ਦਾ ਪਖੰਡ ਇਹ ਪਹਿਲਾਂ ਪ੍ਰਚਲਿਤ ਧਾਰਮਿਕ ਬੰਦੇ ਕਰ ਰਹੇ ਸੀ ਅੱਜ ਵੀ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕੇਵਲ ਬਾਹਰਲੀ ਬਾਹਰਲੀ ਜੋਤ ਜਗਾਉਣੀ ਹੈ ਕਿ ਅੰਦਰਲੀ ਜੋਤ ਵੀ ਜਗਾਉਣੀ ਹੈ ਜੇ ਅਸੀਂ ਸੱਚ ਦਾ ਦੀਵਾ ਨਾਮ ਦੀ ਬੱਤੀ ਨਾਮ ਦਾ ਤੇਲ ਪਾ ਕੇ ਨਹੀਂ ਜਗਾਇਆ ਜਾ ਨਾਮ ਦਾ ਦੀਵਾ ਸੱਚ ਦੀ ਬੱਤੀ ਪਾ ਕੇ ਨਹੀਂ ਜਗਾਇਆ ਤਾਂ ਫਿਰ ਅਸੀਂ ਸੱਚ ਦੀ ਆਪਣੇ ਅੰਦਰ ਦੀ ਜੋਤ ਨੂੰ ਨਹੀਂ ਜਗਾਰਿਆ ਜੇ ਅੰਦਰ ਦੀ ਜੋਤ ਬੁਜੀ ਹੋਈ ਹੋਵੇ ਬਾਹਰ ਦੀਆਂ ਜੋਤਾਂ ਜਗਾਉਣ ਦਾ ਕੀ ਫਾਇਦਾ